ਬਹੁ ਕਰੋੜੀ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਜਗਦੀਸ਼ ਪੋਲਾ ਤੇ ਹੋਰਨਾਂ ਨੂੰ ਪਟਿਆਲਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਸਾਲ 2013 ਵਿੱਚ NDPS ਐਕਟ ਤਹਿਤ ਦਰਜ ਇੱਕ ਮਾਮਲੇ ਵਿੱਚ ਜਗਦੀਸ਼ ਪੋਲਾ ਨੂੰ SS ਬਾਨ ਦੀ CBI ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਮਾਮਲੇ ਦੀ ਸੁਣਵਾਈ 2 ਜੂਨ 2017 ਨੂੰ ਮੁਕਰਰ ਕੀਤੀ ਹੈ। ਬਚਾਅ ਪੱਖ ਦੇ ਵਕੀਲ ਦਰਸ਼ਨ ਸਿੰਘ ਨੇ ਦੱਸਿਆ ਕਿ ਮਾਨਯੋਗ ਹਾਈਕੋਰਟ ਦੇ ਹੁਕਮਾਂ ਦੇ ਆਧਾਰ ਤੇ ਮਾਮਲਾ ਫਤਿਹਗੜ੍ਹ ਸਾਹਿਬ ਤੋਂ ਪਟਿਆਲਾ ਤਬਦੀਲ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਮਾਮਲੇ ਦੀ ਅਗਲੀ ਸੁਣਵਾਈ ਤੇ ਸਰਕਾਰ ਵੱਲੋਂ ਗਵਾਹੀ ਦਿੱਤੀ ਜਾਏਗੀ। SS ਮਾਨ ਸਾਹਿਬ ਦੀ ਕੋਰਟ ਦੇ ਵਿੱਚ CBI ਕੋਰਟ 'ਚ ਜਗਦੀਪ ਸਿੰਘ ਭੋਲਾ ਵਗੈਰਾ ਨੂੰ ਪੇਸ਼ ਕੀਤਾ ਗਿਆ ਸੀ 69 ਨੰਬਰ FIR ਦੇ ਵਿੱਚ। ਜਿਹੜੇ ਇਹ ਕੇਸ ਨੇ ਮਾਨਯੋਗ ਹਾਈਕੋਰਟ ਵੱਲੋਂ ਟ੍ਰਾਂਸਫਰ ਹੋ ਕੇ ਆਏ ਸੀਗੇ ਅਤੇ ਉਹਦੇ 'ਚ ਅਗਲੀ ਡੇਟ ਜਿਹੜੀ ਪਾਈ ਗਈ ਆ 2/6 ਪਾਈ ਗਈ ਆ ਪ੍ਰੋਸੀਕਿਊਸ਼ਨ ਐਵੀਡੈਂਸ ਵਾਸਤੇ, ਅਤੇ ਉਦੋਂ ਸਰਕਾਰ ਵੱਲੋਂ ਆਪਾਂ ਗਵਾਹੀ ਦਿੱਤੀ ਜਾਊਗੀ।